ਨਹੀਂ ਨਾ ਤੁਸੀਂ ਸੌਂਕੜਾ ਕਿਵੇਂ ਲੜਦੀਆਂ ਨੇ, ਪਰ ਚਲੋ ਛੱਡੋ ਕੋਈ ਗੱਲ ਨਹੀਂ। ਤੇ ਅੱਜ ਗੱਲ ਕਰਦੇ ਹਾਂ ਫਿਰ ਪੰਜਾਬੀ ਸਿਨੇਮੇ ਦੀ। ਹਾਲ ਹੀ ਦੇ ਵਿੱਚ ਸਿਨੇਮਾ ਘਰਾਂ 'ਚ ਅਦਾਕਾਰ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਫਿਲਮ ਸੌਂਕਣ ਸੌਂਕਣੇ ਪੰਜਾਬੀ ਸਿਨੇਮਾ ਦਾ ਸ਼ਿੰਗਾਰ ਬਣੀ ਹੈ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਨਹੀਂ ਬਲਕਿ ਤਾਬੜ ਤੋੜ ਹੁੰਗਾਰਾ ਮਿਲ ਰਿਹਾ ਹੈ। ਪਰ ਅਕਸਰ ਕਿਹਾ ਜਾਂਦਾ ਹੈ ਨਾ ਕਿ ਫਿਲਮਾਂ ਕਦੇ ਪਰਫੈਕਟ ਨਹੀਂ ਹੋ ਸਕਦੀਆਂ, ਕਦੇ ਨਾ ਕਦੇ ਕੋਈ ਨਾ ਕੋਈ ਕਮੀ ਰਹਿ ਹੀ ਜਾਂਦੀ ਹੈ। ਤੇ ਫਿਰ ਇਸ ਫਿਲਮ 'ਚ ਵੀ ਕਿਤੇ ਨਾ ਕਿਤੇ ਕਮੀ ਲੱਗਦਾ ਰਹਿ ਗਈ ਆ। ਜਿੱਥੇ ਲੋਕਾਂ ਨੇ ਪੋਜ਼ਿਟਿਵ ਗੱਲਾਂ ਕੀਤੀਆਂ ਤਾਂ ਉੱਥੇ ਹੀ ਲੋਕ ਇਸ ਫਿਲਮ ਤੋਂ ਨਾ ਖੁਸ਼ ਵੀ ਸਨ। ਤਾਂ ਚਲੋ ਪਹਿਲਾਂ ਤੁਹਾਨੂੰ ਫਿਲਮ ਦੀ ਕਹਾਣੀ ਦੱਸਦੇ ਹਾਂ, ਫਿਰ ਤੁਸੀਂ ਵੀ ਦਿਓ ਆਪਣਾ ਰਿਵਿਊ। ਇੱਕ ਵਿਆਹਿਆ ਜੋੜਾ ਹੁੰਦਾ ਜਿਸ ਦੇ ਕਰਕੇ ਸਾਲਾਂ ਤੋਂ ਬੱਚਾ ਨਹੀਂ ਹੋ ਰਿਹਾ ਹੁੰਦਾ। ਇਹ ਜੋੜੀ ਹੈ ਸਰਗੁਣ ਮਹਿਤਾ ਤੇ ਐਮੀ ਵਿਰਕ ਦੀ। ਤੇ ਫਿਰ ਸਰਗੁਣ ਮਹਿਤਾ ਸੋਚਦੀ ਆ ਕਿ ਕਿਉਂ ਨਾ ਐਮੀ ਵਿਰਕ ਦਾ ਦੂਜਾ ਵਿਆਹ ਕਰ ਦਿੱਤਾ ਜਾਵੇ। ਪਰ ਉਹ ਸੋਚਦੇ ਨੇ ਕਿ ਕਿਸੇ ਬੇਗਾਨੀ ਨੂੰ ਆਪਣੀ ਸੌਂਕੜ ਬਣਾਉਣ ਨਾਲੋਂ ਆਪਣੇ ਹੀ ਘਰ ਦੀ ਕਿਉਂ ਨਾ ਲਿਆਈ ਜਾਵੇ। ਤੇ ਫਿਰ ਐਂਟਰੀ ਹੁੰਦੀ ਹੈ ਜੀ ਸਰਗੁਣ ਦੀ ਭੈਣ ਨਿਮਰਤ ਖਹਿਰਾ, ਮਤਲਬ ਕਿ ਕਿਰਨਾ ਦੀ। ਤੇ ਬਸ ਫਿਰ ਲੱਗ ਜਾਂਦੇ ਨੇ ਸਾਰੇ ਮਨਾਉਣ ਨਿਮਰਤ ਨੂੰ ਕਿ ਉਹ ਐਮੀ ਦੇ ਨਾਲ ਵਿਆਹ ਕਰ ਲਵੇ ਅਤੇ ਉਹਨਾਂ ਦੇ ਬੱਚੇ ਨੂੰ ਜਨਮ ਦੇਵੇ। ਸੁਣਨ 'ਚ ਭਾਵੇਂ ਇਹ ਬਹੁਤ ਈਜ਼ੀ ਲੱਗਦਾ ਹੈ, ਪਰ ਉਨਾ ਹੀ ਕੰਪਲੀਕੇਟਡ ਹੈ। ਕਿਰਨਾ ਮੰਨ ਜਾਂਦੀ ਹੈ, ਆਖਿਰ ਵਿਆਹ ਹੋ ਜਾਂਦਾ ਹੈ। ਕਿਰਨਾ ਜਾਂਦੀ ਹੈ ਐਮੀ ਤੇ ਸਰਗੁਣ ਦੇ ਘਰ। ਨਿਰਮਲ ਰਿਸ਼ੀ ਜੀ ਨੇ ਐਮੀ ਵਿਰਕ ਦੀ ਮਾਂ ਤੇ ਦੋਨਾਂ ਦੀ ਸੱਸ। ਪਹਿਲਾਂ ਤਾਂ ਦੋਨੋਂ ਭੈਣਾਂ ਬਹੁਤ ਹੀ ਚਾਅ ਦੇ ਨਾਲ ਰਹਿੰਦੀਆਂ, ਪਰ ਫਿਰ ਉਹੀ ਗੱਲ ਆ ਨਾ, ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਦੋਨੋਂ ਸੌਂਕੜਾਂ ਕਹਿ ਲਓ ਹੁਣ ਜਾਂ ਫਿਰ ਦੋਨੋਂ ਭੈਣਾਂ, ਇਹਨਾਂ 'ਚ ਉਹ ਲੜਾਈ ਹੁੰਦੀ ਹੈ ਭਾਈ ਰਹੇ ਰੱਬ ਦਾ ਨਾਮ। ਵਿਚਾਰੀ ਸੱਸ ਤੇ ਐਮੀ ਦਾ ਤਾਂ ਬੁਰਾ ਹਾਲ ਹੋ ਜਾਂਦਾ, ਪਰ ਵਿਚਾਰੇ ਕਰ ਵੀ ਕੀ ਸਕਦੇ ਨੇ, ਹੁਣ ਵਿਆਹ ਕੇ ਲੈ ਕੇ ਆਏ ਨੇ, ਇਹ ਸਭ ਤਾਂ ਚੜਨਾ ਹੀ ਪੈਣਾ। ਘਰ ਦੀ ਗੱਲ ਘਰ 'ਚ ਸੁਲਝਾਉਣ ਦੇ ਲਈ ਇੱਕ ਪੰਚਾਇਤ ਰੱਖੀ ਜਾਂਦੀ ਹੈ, ਜਿਸਦਾ ਸਰਪੰਚ ਹੁੰਦਾ ਹੈ ਐਮੀ ਵਿਰਕ। ਇਹ ਇਸ ਲਈ ਕਿਉਂਕਿ ਉਹ ਵੈਸੇ ਵੀ ਪਿੰਡ ਦੀ ਪੰਚਾਇਤ ਦਾ ਮੈਂਬਰ ਹੁੰਦਾ ਹੈ, ਸੋ ਜਿਹੜੀ ਪੰਚਾਇਤ ਆ ਉਹ ਘਰੇ ਲਗਾ ਲਈ ਜਾਂਦੀ ਹੈ। ਪਰ ਕਿੱਥੇ ਹਟਦੀਆਂ ਨੇ ਦੋਨੋਂ ਭੈਣਾਂ ਲੜਨ ਤੋਂ, ਨਾ ਸਰਪੰਚ ਦੀ ਸ਼ਰਮ ਤੇ ਨਾ ਹੀ ਸੱਸ ਦੀ। ਬਸ ਫਿਰ ਕੀ, ਉੱਥੇ ਵੀ ਸ਼ੁਰੂ ਹੋ ਜਾਂਦੀਆਂ ਨੇ ਬਿੱਲੀ ਤੇ ਚੂਹੇ ਵਾਂਗੂ ਲੜਨਾ। ਫਿਰ ਫੈਸਲਾ ਜਾਂਦਾ ਹੈ ਆਖਿਰ ਸਰਪੰਚ ਦੇ ਕੋਲ, ਮਤਲਬ ਕਿ ਪੰਚਾਇਤ ਦੇ ਵਿੱਚ, ਤੇ ਉੱਥੇ ਗਲਤ ਠਹਿਰਾਇਆ ਜਾਂਦਾ ਹੈ ਸਰਗੁਣ ਮਹਿਤਾ ਨੂੰ। ਤੇ ਫਿਰ ਪੰਚਾਇਤ ਸਰਗੁਣ ਨੂੰ ਭੇਜ ਦਿੰਦੀ ਆ ਪੇਕੇ। ਇਹ ਥੋੜਾ ਜਿਹਾ ਇਮੋਸ਼ਨਲ ਸੀਨ ਹੁੰਦਾ ਹੈ, ਪਰ ਜਦੋਂ ਐਮੀ ਸਰਗੁਣ ਦਾ ਸਾਰਾ ਸਮਾਨ ਪੇਕੇ ਦੇ ਜਾਂਦਾ ਹੈ ਤਾਂ ਸਭ ਰੋਣ ਲੱਗ ਜਾਂਦੇ ਨੇ। ਤੇ ਫਿਰ ਉਦੋਂ ਐਂਟਰੀ ਹੁੰਦੀ ਹੈ ਉੱਥੇ ਨਿਮਰਤ ਖਹਿਰਾ ਦੀ, ਤੇ ਉਹ ਆਪਣੀ ਭੈਣ ਮਤਲਬ ਕਿ ਸੌਂਕਣ ਸਰਗੁਣ ਮਹਿਤਾ ਨੂੰ ਕਹਿੰਦੀ ਹੈ, ਭੈਣੇ ਇੱਕ ਵਾਰ ਤੂੰ ਮੈਨੂੰ ਲੈਣ ਆਈ ਸੀ ਇਸ ਬੱਚੇ ਕਰਕੇ, ਤੇ ਹੁਣ ਮੈਂ ਤੈਨੂੰ ਲੈਣ ਆਈ ਹਾਂ ਇਸ ਬੱਚੇ ਕਰਕੇ। ਇਹ ਬੱਚਾ ਤੇਰਾ ਹੀ ਆ ਤੇ ਤੇਰਾ ਹੀ ਰਹੇਗਾ। ਤੇ ਫਿਰ ਕੀ, ਰਹਿੰਦੇ ਨੇ ਸਾਰੇ ਖੁਸ਼ੀ ਖੁਸ਼ੀ। ਬਾਕੀ ਜੇਕਰ ਤੁਸੀਂ ਅਜੇ ਤੱਕ ਫਿਲਮ ਨਹੀਂ ਨਾ ਦੇਖੀ ਤਾਂ ਜ਼ਰੂਰ ਦੇਖ ਕੇ ਆਓ, ਕਿਉਂਕਿ ਬਹੁਤ ਹੀ ਵਧੀਆ ਸਟੋਰੀ ਆ, ਬਹੁਤ ਹੀ ਅੱਛੇ ਡਾਇਲੋਗਸ ਨੇ, ਫੈਮਿਲੀ ਦੇ ਨਾਲ ਦੇਖਣ ਵਾਲੀ ਮੂਵੀ ਹੈ। ਉਮੀਦ ਕਰੀ ਹਾਂ ਤੁਹਾਨੂੰ ਚੰਗੀ ਲੱਗੇਗੀ। ਪਰ ਤੁਹਾਨੂੰ ਇਹ ਰਿਵਿਊ ਕਿਵੇਂ ਦਾ ਲੱਗਿਆ ਇਹ ਮੈਨੂੰ ਜ਼ਰੂਰ ਦੱਸਿਓ, ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸੌਂਕਣ ਸੌਂਕਣੇ ਸੌਂਕਣ ਸੌਂਕਣੇ ਚੱਪਣੀ ਚ ਪਾਣੀ ਲੈ ਕੇ ਡੁੱਬ ਮਾਰ ਤੂੰ।